ਬੱਚੇ ਜੀ ਇਹ ਬੱਸਾਂ ਆਉਂਦੀਆਂ ਪਿੱਛੋਂ, ਕੋਈ ਪੁਲ ਦੇ ਉੱਪਰ ਦੀ ਲੰਘ ਜਾਂਦੀਆਂ, ਕੋਈ ਪਿੱਛੇ ਲੈ ਜਾਂਦੇ, ਡਰਾਈਵਰ ਰੱਖਦੇ ਨਹੀਂ ਬੱਸ ਜੀ, ਇੱਥੇ ਕੋਈ ਸਵਾਰੀ ਚੜਾਉਂਦੇ ਨਹੀਂ ਆ, ਸਰਕਾਰੀ ਗੱਡੀਆਂ ਵਾਲੇ ਖਾਸ ਕਰਕੇ। ਅੱਛਾ, ਅਤੇ ਇਹ ਸਰਕਾਰ ਨੇ ਸਹੂਲਤਾਂ ਦਿੱਤੀਆਂ ਵਾ, ਅਤੇ ਇਹਨਾਂ ਨੂੰ ਬੱਚਿਆਂ ਦੀ ਚੜਾਉਣ ਦੇ ਵਿੱਚ ਕੀ ਪ੍ਰੋਬਲਮ ਆ? ਕੀ ਮੰਗ ਕਰਦੇ ਸਰਕਾਰ ਤੋਂ? ਸਰਕਾਰ ਤੋਂ ਸਾਡੀ ਇਹੋ ਮੰਗ ਹੈ ਕਿ ਕਿਰਾਇਆ ਮਾਫ਼ ਕੀਤਾ ਵਾ ਅਤੇ ਇਹ ਬੱਸਾਂ ਡੱਕਣ। ਹਾਂਜੀ, ਉਹ ਵੇਖੋ ਜੀ ਪਿੱਛੇ ਗੱਡੀ ਨਿਕਲ ਗਈ, ਗਾਂਹ ਡੱਕੀ ਜਾ ਕੇ ਅਤੇ ਨਿਕਲ ਜਾਂਦੇ ਆ ਜੀ। ਅਤੇ ਇਸ ਕਾਰਨ ਜੇ ਸਰਕਾਰ ਸਹੂਲਤ ਦਿੱਤੀ ਆ ਤਾਂ ਫਿਰ ਇਹ ਡਰਾਈਵਰਾਂ ਨੂੰ ਕੀ ਤੰਗੀ ਆ ਇਸ ਚੀਜ਼ 'ਚ? ਅਤੇ ਕਿੰਨੇ ਚਿਰ ਦੀ ਸਮੱਸਿਆ ਹੈਗੀ? ਪਹਿਲਾਂ ਤਾਂ ਜੀ ਇੱਥੇ ਇੱਕ ਬੰਦਾ ਇਹਨਾਂ ਨੇ ਰੋਡ ਦੇ ਜਦੋਂ ਖਿਲਾ ਰਿਹਾ ਸੀ, ਚੈੱਕਰ ਸੀ, ਉਹ ਗੱਡੀਆਂ ਡੱਕਦਾ ਸੀ, ਥੋੜ੍ਹੇ ਦਿਨ ਖਲੋਤਾ ਵਾ, ਮੁੜ ਕੇ ਫਿਰ ਉਹੋ ਹਾਲ ਹੋ ਗਿਆ ਜੀ। ਇਸ ਕਰਕੇ ਵੀ ਕਿਰਪਾ ਕਰਕੇ ਰੋਡਵੇਜ ਵਾਲਿਆਂ ਨੂੰ ਚਾਹੀਦਾ ਵੀ ਬੱਚਿਆਂ ਨੂੰ ਪਰੇਸ਼ਾਨੀ ਆਉਂਦੀ ਆ ਅਤੇ ਅੰਮ੍ਰਿਤਸਰ ਜਾਣਾ ਮੈਂ ਟਾਂਗਰੇ ਤੋਂ ਆਈ ਹਾਂ, ਉੱਥੇ ਬੱਸ ਨਹੀਂ ਖੜ੍ਹਦੀ ਨਾ ਕੁੜੀਆਂ ਚੜ੍ਹਾਉਂਦੀ ਆ। ਅੱਛਾ, ਕਿੱਥੋਂ ਟਾਂਗਰੇ ਤੋਂ ਆਏ? ਹਾਂ, ਟਾਂਗਰੇ ਤੋਂ ਆਏ, ਬੱਸ ਨਹੀਂ ਖੜ੍ਹੀ ਕਰਦੇ, ਚੜ੍ਹਾਉਂਦੇ ਨਹੀਂ ਬਿਲਕੁਲ, ਖਾਲੀ ਲੈ ਕੇ ਘਟਾਰੇ ਚੱਲ ਜਾਣਗੇ, ਚੜ੍ਹਾਉਣਾ ਨਹੀਂ ਇਹਨਾਂ ਨੇ ਬੱਸ। ਅਤੇ ਇੱਥੇ ਕਿੰਨੇ ਚਿਰ ਦੇ ਖਲੋਤੇ ਜੀ? ਇੱਥੇ ਹੁਣੇ ਉੱਤਰੇ ਆ, ਮੈਂ ਘਰ ਜੰਡਿਆਲੇ ਚੜ੍ਹ ਜਾਂਦੇ, ਰੰਗ ਨਹੀਂ ਖੜ੍ਹੀ ਕਰਦੇ। ਕੀ ਮੰਗ ਕਰਦੇ ਜੀ? ਹਾਂਜੀ, ਕੀ ਮੰਗ ਕਰਦੇ ਸਰਕਾਰ ਕੋ? ਮੰਗ ਕਰਦੇ ਜਦੋਂ ਆਪਾਂ ਵੋਟਾਂ ਪਾਉਂਦੇ ਹਾਂ ਸਰਕਾਰ ਨੂੰ, ਜਦੋਂ ਗਰੀਬਾਂ ਦੇ ਸਿਰ 'ਚ ਬਣਦੇ ਨਾ, ਜਦੋਂ ਵੋਟਾਂ ਪਾਵਾਂਗੇ ਤਾਂ ਬਣਗੇ, ਅਤੇ ਜਦੋਂ ਵੋਟ ਉਹਨਾਂ ਨੂੰ ਮੰਗਦੇ ਉਦੋਂ ਕਹਿੰਦੇ ਤੁਹਾਡੇ ਆਹ ਕਰਾਂਗੇ ਜੀ, ਆਹ ਕੁਝ ਕਰਾਂਗੇ। ਹੁਣ ਕੁਝ ਨਹੀਂ ਕਰਦੇ, ਬੁੜੀਆਂ ਨੂੰ ਚੜ੍ਹਾਉਂਦੇ ਸਰਕਾਰੀ ਨੇ, ਸਰਕਾਰੀ ਬੱਸ ਕੱਢੀ ਆ ਗੌਰਮੈਂਟ ਨੇ, ਇਹਨਾਂ ਨੂੰ ਚੜ੍ਹਾਉਣਾ ਚਾਹੀਦਾ, ਇਹ ਚੜ੍ਹਾਉਂਦੇ ਨਹੀਂ ਜੀ, ਖਰਾਬ ਕਰਦੇ ਬੁੜੀਆਂ। ਆਧਾਰ ਕਾਰਡ ਲੈ ਕੇ ਚੱਲ ਜਾਂਦੀਆਂ ਬੀਬੀਆਂ, ਜੇ ਤੂੰ ਕੱਢੀਆਂ ਤੇ ਆਧਾਰ ਕਾਰਡ ਲੈ ਕੇ ਆਉਂਦੇ, ਸਰਕਾਰ ਨੇ ਵਾਪਸ ਕੀਤਾ ਇਹਨਾਂ ਨੂੰ, ਕੀ ਇਹ ਕਿਉਂ ਨਹੀਂ ਚੜ੍ਹਾਉਂਦੇ? ਇਹਨਾਂ ਨੂੰ ਚੜ੍ਹਾਉਣਾ ਚਾਹੀਦਾ ਆ, ਇਹ ਸਮਾਂ ਨਹੀਂ ਲੈਂਦੇ, ਇਹ ਸਮਾਂ ਨਹੀਂ ਲੈਂਦੇ ਆ। ਲੇਡੀਜ਼ ਨੂੰ ਤਾਂ ਬਹੁਤ ਖਰਾਬ ਕਰ ਦਿੰਦੇ ਆ। ਚੜੇ ਆ ਨਹੀਂ ਚੱਕ ਤੇ ਬਿਲਕੁਲ ਨਹੀਂ ਖਲਾਤਾ ਉਹ ਬੰਦਾ,
ਬਹੁਤ ਅੜਬਾ, ਇੱਥੇ ਕੋਈ ਸਟੋਪਿਕ ਨਹੀਂ ਹੈ, ਕੋਈ ਬੱਸ ਪਿੱਛੇ ਕੋਈ ਅੱਗੇ। ਸਾਡੇ ਮੰਤਰੀ ਸਾਹਿਬ ਦਾ ਸ਼ਹਿਰ ਹੈ ਜੰਡਿਆਲਾ ਗੁਰੂ, ਮੰਤਰੀ ਸਾਹਿਬ ਦੇ ਹੁੰਦਿਆਂ ਦੇਖੋ ਕੀ ਹਾਲ ਜੰਡਿਆਲੇ ਦਾ। ਮੰਤਰੀ ਸਾਹਿਬ ਨੇ ਕਦੀ ਘਰੋਂ ਨਿਕਲ ਕੇ ਦੇਖਿਆ ਵੀ ਸਾਡੀਆਂ ਬੇਟੀਆਂ ਦੀ ਕੀ ਹਾਲਤ ਹੁੰਦੀ, ਕੀ ਤੁਰਦ ਝੋਲਦੀ ਆ, ਉਹਨਾਂ ਦੇ ਲੈਕਚਰ ਮਿਸ ਹੁੰਦੇ ਆ। ਉਵੇਂ ਕਹਿੰਦੇ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਵੇ, ਕੀ ਬੱਚੀਆਂ ਪੜ੍ਹਨੀਆਂ, ਦੋ ਦੋ ਘੰਟੇ ਬੱਚੀਆਂ ਦੇ ਲੈਕਚਰ ਮਿਸ ਹੁੰਦੇ ਆ। ਮੰਤਰੀ ਸਾਹਿਬ ਨੂੰ ਬੜੀ ਵਾਰ ਮੰਗ ਕੀਤੀ ਕਿ ਜੰਡਿਆਲੇ ਤੋਂ ਦੋ ਰੋਡ ਵਿੱਚ ਬੱਸਾਂ ਦਾ ਅਰੇਂਜ ਕਰ ਦਿਓ, ਜਿਹੜੀਆਂ ਸਵੇਰੇ ਅਤੇ ਦੁਪਹਿਰ ਦੇ ਵੇਲੇ ਕਮ ਸੋ ਕਮ ਬੱਚਿਆਂ ਨੂੰ ਲੈ ਕੇ ਜਾਣ ਅਤੇ ਲੈ ਕੇ ਆਉਣ। ਖਡੂਰ ਸਾਹਿਬ ਦਾ ਇੱਕ ਬੱਸ ਆਉਂਦੀ 7:45, ਉਹ ਵੀ ਮੈਂ ਘਾਹ ਮੰਡੀ ਕਈ ਵਾਰ ਰੋਕ ਕੇ ਦੇਖਿਆ, ਉਹ ਵੀ ਨਹੀਂ ਰੋਕਦਾ ਸੀ। ਫਿਰ ਮੈਂ ਬੱਚੀ ਨੂੰ ਡੇਲੀ ਇੱਥੇ ਚੜ੍ਹਾਉਣ ਆਉਂਦੀ ਆਪਣੇ ਸਕੂਟਰ 'ਤੇ ਜਾਂ ਆਪਣੇ ਕਿਸੇ ਵੀ ਕਨਵੈਂਸ ਦੇ ਉੱਤੇ। ਉੱਥੋਂ ਅਸੀਂ 10-10-20 ਰੁਪਏ ਲੈ ਕੇ ਬੱਚੇ ਇੱਥੇ ਆਉਂਦੇ ਆ, ਫਿਰ 20-20 ਲਾ ਕੇ ਘਰ ਨੂੰ ਜਾਂਦੇ ਆ। ਇੱਥੇ ਬੱਸਾਂ ਆਉਣੀ ਰੋਕਦੀਆਂ, ਇੱਥੋਂ ਫਿਰ ਜਾਂ ਬੱਚੇ ਆਟੋ 'ਤੇ ਅਤੇ ਜਾਂ ਪ੍ਰਾਈਵੇਟ ਬੱਸ 'ਤੇ ਜਾਂਦੇ ਆ। ਬਹੁਤ ਬੁਰੀ ਹਾਲਤ ਹੈ, 2 ਸਾਲ ਤੋਂ ਇੱਦਾਂ ਹੋ ਰਿਹਾ, ਜਦੋਂ ਦੀ ਸਰਕਾਰ ਬਣੀ ਉਦੋਂ ਦਾ ਇੱਦਾਂ ਹੋ ਰਿਹਾ। ਕਿਰਾਇਆ ਪਹਿਲਾਂ ਵੀ ਮਾਫ ਹੈ, ਪਰ ਕਦੀ ਬੱਸਾਂ ਦੀ ਇੰਨੀ ਦਿੱਕਤ ਨਹੀਂ ਸੀ ਆਈ ਚੰਗੀ ਸਰਕਾਰ ਵੇਲੇ ਚੱਲ ਸਰਕਾਰ ਦੀ। ਇਹ ਨਹੀਂ ਵੀ ਅਸੀਂ ਸਰਕਾਰ ਦੀ ਜਾਂ ਨਿੰਦਿਆ ਕਰਦੇ ਹਾਂ, ਪਰ ਇਹ ਆ ਕਿ ਇਹਨਾਂ ਨੇ ਬੱਸਾਂ ਦੀ ਸਾਫ਼ ਕਰ ਦਿੱਤੀ, ਬੱਸਾਂ ਬਹੁਤ ਘੱਟ ਕਰ ਦਿੱਤੀਆਂ। ਬੱਸਾਂ ਜਿਹੜੀਆਂ ਸਰਕਾਰ ਜ਼ਿਆਦਾ ਵਾ, ਪ੍ਰਾਈਵੇਟ ਬੱਸਾਂ ਨੂੰ ਜ਼ਿਆਦਾ ਟਾਈਮ ਦੇ ਦਿੱਤਾ। ਇੱਕ ਦਿਨ ਮੈਂ ਅੰਮ੍ਰਿਤਸਰ ਅਤੇ ਜਲੰਧਰ ਤੋਂ ਨਕੋਦਰ ਗਈ, ਉੱਥੇ ਕੋਈ ਵੀ ਸਰਕਾਰੀ ਬੱਸ ਨਕੋਦਰ ਤੱਕ ਨਹੀਂ ਜਾਂਦੀ, ਪ੍ਰਾਈਵੇਟ। ਮੰਗ ਨਹੀਂ ਕਰਦੇ ਮੰਤਰੀ ਸਾਹਿਬ ਸਾਡੇ ਗੰਡਿਆਲੇ, ਉਹਨਾਂ ਕੋਲ ਮੰਗ ਕਰਦੇ, ਉਹਨਾਂ ਨੂੰ ਬੇਨਤੀ ਵੀ ਕਰਦੇ ਆ ਕਿ ਕਮ ਸੋ ਕਮ ਆਪਣੇ ਗੰਡਿਆਲੇ ਸ਼ਹਿਰ ਵੱਲ ਆਪਣੀਆਂ ਬੱਚੀਆਂ ਜਿਹੜੀਆਂ ਬੱਚੇ ਖਰਾਬ ਹੋ ਰਹੇ ਆ, ਇਹਨਾਂ ਵੱਲ ਥੋੜ੍ਹਾ ਜਿਹਾ ਧਿਆਨ ਦਿਓ, ਇਹਨਾਂ ਦੇ ਸਾਧਨਾਂ ਵਾਸਤੇ ਇੱਥੇ ਆਣ ਕੇ ਵੇਖੋ ਕਿ ਕੀ ਕਰਦੇ ਬੱਸਾਂ ਵਾਲੇ। ਜੇ ਅਸੀਂ ਗਲਤ ਹਾਂ ਤਾਂ ਸਾਨੂੰ ਕਹਿਣ, ਆਪ ਜੱਟ ਕਰ ਲੈਣ ਮੰਤਰੀ ਸਾਹਿਬ ਬਣ ਕੇ, ਰਾਜਾ ਦੇ ਕੇ ਭੇਸ ਬਦਲ ਕੇ ਆਣ ਕੇ ਆਪਣੇ ਜਿਹੜੇ ਹਲਕੇ ਦਾ ਸੀ ਜਾਂ ਆਪਣੇ ਸ਼ਹਿਰ ਦਾ ਸੀ, ਉਸ ਟਾਈਮ ਦੇ ਉੱਤੇ ਰਾਜੇ ਮਹਾਰਾਜੇ ਆਪਣੇ ਵਿਕਾਸ ਕਰਦੇ ਸੀ, ਅਤੇ ਸਾਡੇ ਮੰਤਰੀ ਸਾਹਿਬ ਤਾਂ ਵਿਹੜੇ ਨਹੀਂ, ਨਾ ਉਹਨਾਂ ਦੇ ਨੁਮਾਇੰਦੇ ਕੋਈ ਆਣ ਕੇ ਵਿਹੜੇ, ਕਿਸੇ ਨੁਮਾਇੰਦੇ ਇਹਨਾਂ ਨੇ ਬਣਾਏ ਕਿ ਕੋਈ ਨੁਮਾਇੰਦੇ ਨੇ ਕਿਸੇ ਆਣ ਕੇ ਦੇਖਿਆ ਇੱਥੇ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਜਗ੍ਹਾ ਜਗ੍ਹਾ 'ਤੇ ਜੰਡਿਆਲੇ ਦਾ ਬੁਰਾ ਹਾਲ ਹੋਇਆ ਪਿਆ, ਜਗ੍ਹਾ ਜਗ੍ਹਾ ਦੇ ਕੂੜੇ ਦੇ ਢੇਰ ਆ, ਜਗ੍ਹਾ ਜਗ੍ਹਾ ਦੇ ਬੱਸਾਂ ਸਰਕਾਰੀ ਸਹੂਲਤ ਕੋਈ ਵੀ ਦੁਨੀਆਂ ਨੂੰ ਮਿਲਦੀ ਨਹੀਂ ਹੈਗੀ, ਜੇ ਮਿਲਦੀ ਆ ਤਾਂ ਉਹ ਧੱਕੇ ਖਾ ਖਾ ਕੇ ਮਿਲਦੀ ਆ। ਅਤੇ ਸਵੇਰੇ ਸਵੇਰੇ ਜਦੋਂ ਵੀ ਕਾਲਜ ਜਾਣ ਲਈ ਬੱਸ ਫੜਨੀ ਹੁੰਦੀ ਆ, ਜਾਣ ਦੇ ਉੱਪਰੋਂ ਫਲਾਈਓਵਰ ਤੋਂ ਲੈ ਜਾਂਦੇ ਆ ਜਾਂ ਪਿੱਛੇ ਰੋਕ ਲੈਂਦੇ, ਜਿਹਦੇ ਕਰਕੇ ਸਾਨੂੰ ਪਿੱਛੇ ਜਾਣਾ ਪੈਂਦਾ ਵਾ, ਜਦੋਂ ਉੱਥੇ ਜਾਈਦਾ ਫਿਰ ਅੱਗੇ ਵਧਾ ਕੇ ਲੈ ਜਾਂਦੇ, ਬਹੁਤ ਦਿੱਕਤ ਆਉਂਦੀ ਆ। ਅਤੇ ਕਿੰਨੇ 'ਚ ਕੋਈ ਸਮੱਸਿਆ ਹੈਗੀ ਤੁਹਾਨੂੰ? ਇਹ ਡੇਲੀ ਦੀ ਹੋ ਗਈ ਆ ਹੁਣ, ਪਹਿਲਾਂ ਤਾਂ 6 ਮਹੀਨੇ ਤੋਂ ਆ ਹੀ ਰਹੀ ਫੇਸ ਕਰਦੇ ਹਾਂ ਜਦੋਂ ਦੇ ਕਾਲਜ ਆ ਰਹੇ ਹਾਂ। ਹਾਂਜੀ, ਅਤੇ ਕੀ ਮੰਗ ਕਰਦੇ ਜੀ? ਅਸੀਂ ਇਹੀ ਮੰਗ ਕਰਦੇ ਜਾਂ ਤਾਂ ਇੱਥੋਂ ਕੋਈ ਬੱਸ ਸ਼ੁਰੂ ਕੀਤੀ ਜਾਵੇ ਬੱਚਿਆਂ ਵਾਸਤੇ, ਸਰਕਾਰੀ ਬੱਸ ਲਗਾਈ ਜਾਵੇ, ਜਾਂ ਫਿਰ ਉਹਨਾਂ ਨੂੰ ਕਿਹਾ ਜਾਵੇ ਕਿ ਇੱਥੋਂ ਹੀ ਬੱਚਿਆਂ ਨੂੰ ਲੈ ਕੇ ਜਾਇਆ ਕਰਨ। ਇੱਥੇ ਇਸ ਵੇਲੇ ਕਿੰਨੀਆਂ ਕੁ ਬੱਚੇ ਇਕੱਠੇ ਹੋ ਜਾਂਦੇ? ਇਸ ਵੇਲੇ 60-70 ਬੱਚੇ ਹੋ ਜਾਂਦੇ ਆ। ਹਾਂਜੀ, ਅਤੇ ਇਹ ਜਿਸ ਤਰ੍ਹਾਂ ਤੁਸੀਂ ਜੇਕਰ ਸਕੂਲ 'ਚ ਕਾਲਜ ਜਾਂਦੇ ਜੀ ਤਾਂ ਲੇਟ ਵੀ ਜਾਂਦੇ ਕੀ? ਸਾਨੂੰ 9 ਵਜੇ ਦਾ ਸਾਡਾ ਸਕੂਲ ਹੁੰਦਾ ਵਾ, 10 ਵਜੇ ਅਸੀਂ ਪਹੁੰਚੀਦਾ ਵਾ, ਜਿਹਦੇ ਕਰਕੇ ਸਾਡੀ ਕਲਾਸਾਂ ਸ਼ੋਰਟੇਜ ਹੋ ਰਹੀਆਂ ਵਾ। ਹਾਂਜੀ, ਉਹਦੇ ਵਿੱਚ ਫਿਰ ਪੜ੍ਹਾਈ ਜੀ, ਪੜ੍ਹਾਈ 'ਚ ਵੀ ਬਹੁਤ ਸਮੱਸਿਆ ਆ ਰਹੀ ਆ। ਅਤੇ ਕੀ ਮੰਗ ਕਰਦੇ ਸਰਕਾਰ? ਇਹੀ ਮੰਗ ਕਰਦੇ ਕਿ ਜਾਂ ਇੱਥੋਂ ਬੱਸ ਮੁਹੱਈਆ ਕਰਾਈ ਜਾਵੇ ਸਾਨੂੰ, ਜਿਹੜੀ ਸਿੱਧੀ ਅੰਮ੍ਰਿਤਸਰ ਲੈ ਕੇ ਜਾਵੇ, ਜਾਂ ਫਿਰ ਉਹਨਾਂ ਨੂੰ ਕਿਹਾ ਜਾਵੇ ਕਿ ਇੱਥੋਂ ਬੱਸ ਬੱਚਿਆਂ ਨੂੰ ਬਿਠਾ ਕੇ ਲੈ ਕੇ ਜਾਇਆ ਕਰਨਾ ਰੋਕ ਕੇ।